ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਦੇ ਨਾਲ ਕਲਾਸ 12 ਦੇ ਲਈ 12ਵੀਂ ਚਮਾਦ ਦੇ ਲਈ ਪੋਲਿਟੀਕਲ ਸਾਇੰਸ ਪੋਸ ਸਾਇੰਸ ਦਾ ਆਪਾਂ ਨਮੂਨਾ ਪ੍ਰਸ਼ਨ ਪੱਤਰ ਮਾਡਲ ਟੈਸਟ ਪੇਪਰ ਨੰਬਰ 1 ਲੈ ਕੇ ਆਏ ਹਾਂ ਤੇ ਇਸ ਦੇ ਵਿੱਚ ਮਾਡਲ ਟੈਸਟ ਪੇਪਰ ਨੂੰ ਆਪਾਂ ਫੁੱਲ ਦਾ ਸੋਲੂਸ਼ਨ ਵੀ ਕਰਾਂਗੇ ਠੀਕ ਹੈ ਸੋ ਇਹ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਦੋਨਾਂ ਲਈ ਹੀ ਯੂਸਫੁਲ ਰਹੇਗਾ ਕਿਉਂਕਿ ਆਪਾਂ ਜਿਹੜੇ ਕਿ 10 10 ਜਿਹੜੇ ਕਿ ਮਾਡਲ ਟੈਸਟ ਪੇਪਰ ਸੋਲਵ ਕਰਨੇ ਨੇ ਤੇ ਫਸਟ ਹੈ ਹਾਂਜੀ ਤੁਹਾਡਾ ਇਗਜ਼ਾਮ ਜਿਹੜੇ ਕਿ 80 ਮਾਰਕਸ ਦਾ ਆਉਣਾ ਸਟੂਡੈਂਟਸ ਤੇ ਇਹਦੇ ਵਿੱਚ ਜਿਹੜੇ ਕਿ ਸ਼ਾਰਟ ਕੁਐਸ਼ਨਸ ਨੇ ਇਹ 16 ਹੋਣਗੇ 16 ਕੁਐਸ਼ਨਸ ਨੇ ਵਸਤੁਨਿਸ਼ਟ ਪ੍ਰਸ਼ਨ ਜਿਨ੍ਹਾਂ ਦੇ ਵਿੱਚ ਟਰੂ ਫਾਲਸ ਫਿਲਪਸ ਐਮਸੀਕਿਊਸ ਤੇ ਵਨ ਲਾਈਨਰ ਕੁਐਸ਼ਨਸ ਨੇ ਇਹ 16 ਨੇ ਹਰ ਇੱਕ 2 ਅੰਕਾਂ ਦਾ ਹੋਊਗਾ 32 ਮਾਰਕਸ ਦੇ ਤੁਹਾਡੇ ਜਿਹੜੇ ਕਿ ਇਹ ਵਾਲਾ ਪੋਰਸ਼ਨ ਦੰਨੇ 10 ਮਾਰਕਸ ਦੇ ਤੁਹਾਨੂੰ ਕੀ ਹੋਗਾ ਪੈਰੇ ਦੇ ਵਿੱਚੋਂ ਆਨਸਰ ਫਾਈਂਡ ਕਰਨੇ ਨੇ ਫਿਰ ਤੁਹਾਨੂੰ 4 ਮਾਰਕਸ ਵਾਲੇ ਕੁਐਸਚਨਸ ਨੇ ਜਿਹੜੇ ਤੁਸੀਂ ਪੰਜ ਕਰਨੇ ਆ ਨਾਟ ਆਫ 8 ਤੇ ਇੱਕ ਤੁਸੀਂ ਤੁਹਾਡੇ ਜਿਹੜੇ ਕਿ ਜਾ ਜਾ ਪਾ ਕੇ ਕੁਐਸਚਨਸ ਹੋਣਗੇ ਤਿੰਨ ਕੁਐਸਚਨ ਮਤਲਬ ਕਿ ਤੁਹਾਡੇ ਲੌਂਗ ਕੁਐਸਚਨ ਤਿੰਨ ਨੇ 6-6 ਅੰਕਾਂ ਦੇ ਹੋਣਗੇ ਇਹ ਤੁਹਾਡਾ ਪੇਪਰ ਦਾ ਜਿਹੜੇ ਕਿ ਅਕੋਰਡਿੰਗ ਟੂ ਨੰਬਰ ਵੀ ਕਿਹੜੇ-ਕਿਹੜੇ ਮਾਰਕਸ ਦੇ ਕਿੰਨੇ-ਕਿੰਨੇ ਨੇ ਇਹ ਸਾਰਾ ਸਟਰਕਚਰ ਆ ਹੁਣ ਆਪਾਂ ਕੁਐਸਚਨ ਸਟਾਰਟ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਬਹੁਤ ਸਾਰੇ ਕੁਐਸਚਨਸ ਨੇ ਜਿਹੜਾ ਆਪਾਂ ਕੁਐਸਚਨ ਪਾਇਆ ਮਾਡਲ ਟੈਸਟ ਪੇਪਰ ਦੇ ਵਿੱਚ ਇਸ ਦੇ ਨਾਲ ਰਿਲੇਟਡ ਹੋਰ ਜਿੰਨੀ ਵੀ ਜਾਣਕਾਰੀ ਉਹ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਤਾਂ ਕਿ ਤੁਹਾਡਾ ਕੋਈ ਵੀ ਜਿਹੜਾ ਇੰਪੋਰਟੈਂਟ ਕੁਐਸਚਨ ਉਹ ਸਕਿਪ ਨਾ ਹੋਵੇ ਤੁਸੀਂ ਸਾਰੇ ਔਰ ਇੰਪੋਰਟੈਂਟ ਕੁਐਸਚਨ ਤੁਹਾਡਾ ਰਿਵੀਜ਼ਨ ਹੋ ਜਾਣਾ ਓਕੇ ਹੁਣ ਸਾਰਕ ਦੀ ਸਥਾਪਨਾ ਕਦੋਂ ਹੋਈ ਹੁਣ ਇਹਦੇ ਵਿੱਚ ਸਾਰਕ ਦੀ ਸਥਾਪਨਾ ਦੱਸਣੀ ਆਪਾਂ ਕਿਹੜੀ ਈਸਵੀ ਦੇ ਵਿੱਚ ਹੋਈ ਤਾਂ ਸਾਰਕ ਦੀ ਸਥਾਪਨਾ 1985 ਈਸਵੀ ਦੇ ਵਿੱਚ ਹੋਈ ਸਾਰਕ ਸਾਰਕ ਹੈ ਕਿ ਸਾਰਕ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਠੀਕ ਹੈ ਸਾਰਕ ਦਾ ਸਾਰਕ ਦਾ ਫੁੱਲ ਨੇਮ ਵੀ ਪੁੱਛ ਲੰਦ ਨੇ ਕਈ ਵਾਰ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਤੇ ਇਹਦੀ ਦਸੰਬਰ 7 ਔਰ 8 ਦਸੰਬਰ ਨੂੰ ਮੰਨਦੇ ਨੇ ਕਈ ਵਾਰ 7 ਦਸੰਬਰ ਵੀ ਹੁੰਦਾ ਕਿਤੇ ਲੱਗਿਆ ਹੋਇਆ ਕਿਤੇ 8 ਦਸੰਬਰ ਵੀ 1985 ਈਸਵੀ ਦੇ ਵਿੱਚ ਟਾਕਾ ਦੇ ਵਿੱਚ ਠੀਕ ਹੈ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੇ ਵਿੱਚ ਇਸ ਦੀ ਸਥਾਪਨਾ ਹੋਈ ਸਾਰਕ ਦੀ ਤੇ ਇਹ ਜਿਹੜੇ ਕਿ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਸੀ ਤੇ ਜਿਹਦੇ ਵਿੱਚ 8 ਮੈਂਬਰ ਨੇ ਪਹਿਲਾਂ ਇਹਦੇ ਵਿੱਚ 7 ਮੈਂਬਰ ਸੀ ਤੇ 8ਵੇਂ ਇਹਦੇ ਵਿੱਚ ਮੈਂਬਰ ਜਿਹੜੇ ਕਿ ਐਡ ਹੋਇਆ ਅਫਗਾਨਿਸਤਾਨ ਭਾਵ ਕਿ ਸਾਰਕ ਦੱਖਣੀ ਏਸ਼ੀਆਈ 8 ਦੇਸ਼ਾਂ ਦਾ ਇੱਕ ਸਹਿਯੋਗ ਸੰਗਠਨ ਹੈ ਠੀਕ ਹੈ ਤੇ ਇਹਦੇ ਵਿੱਚ ਇਹਦੀ ਜਿਹੜੀ ਸਾਰਕ ਦੀ ਸਥਾਪਨਾ ਆਪਾਂ ਨੇ ਕਰ ਲਿਆ ਵੀ ਕੁਐਸਚਨਸ ਕਰ ਲਿਆ ਠੀਕ ਹੈ ਆਪਾਂ ਨੇ ਇਹਦੇ ਦੇਸ਼ ਵੀ ਕਰ ਲਏ ਕਿਹੜੇ ਕਿਹੜੇ ਨੇ ਭਾਰਤ ਮਾਲਦੀਵ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਪਟਾਨ ਅਫਗਾਨਿਸਤਾਨ ਨੇਪਾਲ ਤੇ ਅਫਗਾਨਿਸਤਾਨ ਆ ਜਿਹੜੇ ਕੀ ਬਾਅਦ ਦੇ ਵਿੱਚ ਸ਼ਾਮਿਲ ਹੋਏ ਪਹਿਲੇ ਦੇ ਵਿੱਚ ਨਹੀਂ ਸੀ ਠੀਕ ਹੈ ਇਹਦੇ ਅੱਠ ਮੈਂਬਰ ਨੇ ਤੇ ਇੱਕ ਸ਼ਾਰਟ ਕੁਐਸਚਨ ਇਹਦੇ ਵਿੱਚ ਇੰਪੋਰਟੈਂਟ ਹੈ ਕਿ ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ ਹੈੱਡਕੁਆਟਰ ਕਿੱਥੇ ਹੈ ਤਾਂ ਉਹ ਹੈ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਵਿੱਚ ਕਾਠਮੰਡੂ ਦੇ ਵਿੱਚ ਜਿਹੜਾ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਵਿੱਚ ਸਾਰਕ ਦਾ ਹੈੱਡਕੁਆਟਰ ਹੈ ਠੀਕ ਹੈ ਹੈੱਡਕੁਆਟਰ ਮਤਲਬ ਕਿ ਮੁੱਖ ਦਫ਼ਤਰ ਹੈ ਤੇ ਇਸ ਦਾ ਹੈੱਡਕੁਆਟਰ ਸਥਾਪਨਾ ਕੀਤੀ ਗਈ ਸੀ 1987 ਈਸਵੀ ਦੇ ਵਿੱਚ ਤੇ ਇਹਦੇ ਵਿੱਚ ਮੁੱਖ ਭੂਮਿਕਾ ਜਿਹੜੀ ਕੀ ਰਹੀ ਸੀ ਬੰਗਲਾਦੇਸ਼ ਦੇ ਰਾਸ਼ਟਰਪਤੀ ਜਿਓਰ ਰਹਿਮਾਨ ਠੀਕ ਹੈ ਤੇ ਇਹਦੇ ਵਿੱਚ ਮੈਂਬਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਮੈਂਬਰ ਹੁੰਦੇ ਨੇ ਇੱਕ ਮੁੱਢਲੇ ਮੈਂਬਰ ਤੇ ਦੂਜੇ ਨਿਗਰਾਨ ਮੈਂਬਰ ਇਹ ਸੀ ਕੁਝ ਹੋਰ ਇੰਪੋਰਟੈਂਟ ਸਾਰਕ ਬਾਰੇ ਤੇ ਐਵੇਂ ਆਪਾਂ ਹਰ ਕੁਐਸਚਨ ਦੇ ਡਿਸਕਸ ਕਰਾਂਗੇ ਤਾਂ ਕਿ ਜਦੋਂ ਤੁਸੀਂ ਵੀਡੀਓ ਦੇਖੋ ਤਾਂ ਤੁਹਾਡੇ ਸਾਰੇ ਕੁਐਸਚਨ ਰਿਵਾਈਜ਼ ਹੋ ਜਾਣ ਅਗਲਾ ਹੈ ਸਾਰ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਕਿਸ ਨੇ ਦਿੱਤਾ ਹਾਂਜੀ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਇਹਨਾਂ ਆਪਸ਼ਨਾਂ ਦੇ ਵਿੱਚ ਕਿਸ ਨੇ ਦਿੱਤਾ ਸ਼ਪਾ ਤਾ ਦਿੱਤਾ ਸੀ ਸੁਭਾਸ ਚੰਦਰ ਬੋਸ ਨੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਸਨਮਾਨ ਦਿੱਤਾ ਤੇ ਹੁਣ ਰਾਸ਼ਟਰ ਮਹਾਤਮਾ ਗਾਂਧੀ ਦੇ ਜਿਹੜੇ ਕਿ ਰਾਜਨੀਤਿਕ ਗੁਰੂ ਕੌਣ ਸਨ ਤਾਂ ਉਹ ਸਨ ਗੋਪਾਲ ਕ੍ਰਿਸ਼ਨ ਖੋਖਲੇ ਗੋਪਾਲ ਕ੍ਰਿਸ਼ਨ ਖੋਖਲੇ ਮਹਾਤਮਾ ਗਾਂਧੀ ਦੇ ਜਿਹੜੇ ਕਿ ਰਾਜਨੀਤਿਕ ਗੁਰੂ ਸਨ ਖੋਖਲੇ ਕਿ ਕਿ ਕੁਐਸਚਨ ਹੈ ਇਹ ਵੀ ਆ ਸਕਦਾ ਹੈ ਕਿ ਰਾਜਨੀਤਿਕ ਗੁਰੂ ਕੌਣ ਸਨ ਤਾਂ ਗੋਪਾਲ ਕ੍ਰਿਸ਼ਨ ਖੁਕਲੇ ਤੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦਾ ਖਿਤਾਬ ਦਿੱਤਾ ਸੀ ਸੁਭਾਸ਼ ਚંદ્ર ਬੋਸ ਨੇ ਅੱਗੇ ਹੈ ਤਾਸ਼ਕੰਦ ਸਮਝੌਤਾ ਕਿਹੜੇ ਦੋ ਦੇਸ਼ਾਂ ਦੇ ਵਿੱਚ ਹੋਇਆ ਸੀ ਤਾਂ ਤਾਸ਼ਕੰਦ ਜਿਹੜੇ ਕਿ ਇਹ ਸਮਝੌਤਾ ਹੋਇਆ ਸੀ ਤਾਂ ਤਾਸ਼ਕੰਦ ਦਾ ਜਿਹੜੇ ਕਿ ਇਹ ਸਮਝੌਤਾ ਹੋਇਆ ਸੀ ਭਾਰਤ ਤੇ ਪਾਕਿਸਤਾਨ ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਇਹਨਾਂ ਦੋ ਦੇਸ਼ਾਂ ਦੇ ਵਿੱਚਕਾਰ ਹੋਇਆ ਸੀ ਤਾਸ਼ਕੰਦ ਸਮਝੌਤਾ ਹੈ ਕਿ ਹਾਂਜੀ 1965 ਇਸਵੀ ਦੇ ਵਿੱਚ ਜਿਹੜੇ ਕਿ 1965 ਇਸਵੀ ਦੇ ਵਿੱਚ ਭਾਰਤ-ਪਾਕ ਜਿਹੜਾ ਯੁੱਧ ਹੋਇਆ ਭਾਰਤ-ਪਾਕਿਸਤਾਨ ਨੂੰ ਯੁੱਧ ਹੋਇਆ ਉਸ ਤੋਂ ਬਾਅਦ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ ਉਹਨਾਂ ਨੂੰ ਸੁਲਝਾਉਣ ਦੇ ਲਈ ਰੂਸ ਦੇ ਨੇਤਾਵਾਂ ਦੇ ਯਤਨਾਂ ਦੇ ਨਾਲ ਰੂਸ ਦੇ ਐਫਰਟਸ ਦੇ ਨਾਲ ਜਿਹੜੇ ਕਿ ਰੂਸ ਦੀ ਧਰਤੀ ਤੇ ਤਾਸ਼ਕੰਦ ਜਿਹੜੀ ਕਿ ਰੂਸ ਦੇ ਵਿੱਚ ਹੈ ਰੂਸ ਦੀ ਧਰਤੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਚਕਾਰ ਆ ਜਿਹੜੇ ਕਿ ਵਿਚਾਰ ਵਟਾਂਦਰਾ ਹੋਇਆ ਤੇ ਇਹ ਵਿਚਾਰ ਵਟਾਂਦਰਾ ਜਿਹੜਾ ਕਿ 4 ਜਨਵਰੀ ਤੋਂ ਲੈ ਕੇ 10 ਜਨਵਰੀ 1966 ਤੱਕ 1966 ਤੱਕ ਚੱਲਿਆ 10 4 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਠੀਕ ਹੈ ਤਾਂ ਇਸ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਚਕਾਰ ਸ਼ਾਂਤੀ ਸਮਝੌਤੇ ਤੇ ਦਸਤਖਤ ਹੋਏ ਜਿਹਨੂੰ ਕਿਹੜਾ ਸਮਝੌਤਾ ਕਿਹਾ ਗਿਆ ਤਾਸ਼ਕੰਦ ਸਮਝੌਤਾ ਤਾਸ਼ਕੰਦ ਸਮਝੌਤਾ ਮਤਲਬ ਕਿ ਇਹ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੋਇਆ ਸੀ ਰੂਸ ਦੀ ਧਰਤੀ ਤਾਸ਼ਕੰਦ ਦੇ ਸਥਾਨ ਤੇ ਅਗਲਾ ਹੈ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਕਿਹੜਾ ਹੈ ਹਾਂਜੀ ਸਭ ਤੋਂ ਪੁਰਾਣਾ ਰਾਸ਼ਟਰੀ ਰਾਜਨੀਤਿਕ ਦਲ ਇਹਨਾਂ ਦੇ ਵਿੱਚੋਂ ਕਿਹੜਾ ਹੈ ਤਾਂ ਉਹ ਹੈਗਾ ਆਪਣਾ ਭਾਰਤੀ ਰਾਸ਼ਟਰੀ ਕਾਂਗਰਸ ਭਾਰਤੀ ਰਾਸ਼ਟਰੀ ਕਾਂਗਰਸ ਜਿਸ ਦੀ ਸਥਾਪਨਾ ਜਿਹੜੀ ਕਿ ਕੀਤੀ ਗਈ ਸੀ ਇਸ ਦੀ ਸਥਾਪਨਾ 28 ਦਸੰਬਰ 1885 ਈਸਵੀ ਨੂੰ 28 ਦਸੰਬਰ 1885 ਈਸਵੀ ਨੂੰ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਤੇ ਇਸ ਤੋਂ ਇਲਾਵਾ ਬਾਕੀ ਇਹਨਾਂ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਮਵਾਦੀ ਦਲ ਕਿਉਂਕਿ ਸਾਮਵਾਦੀ ਦਲਤੀ ਵੀ ਕਈ ਵਾਰ ਬਹੁਤ ਤਾਰ ਕੁਸ਼ਨ ਆਉਂਦੇ ਨੇ ਸਾਮਵਾਦੀ ਦਾਲੀ ਦੀ ਸਥਾਪਨਾ 1924 ਈਸਵੀ ਦੇ ਵਿੱਚ ਕੀਤੀ ਗਈ ਤੇ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ 1980 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਤੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ 1984 ਈਸਵੀ ਦੇ ਵਿੱਚ ਕੀਤੀ ਗਈ ਇਹ ਸਾਰੇ ਕੁਸ਼ਨਸ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ 1984 ਈਸਵੀ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ 1980 ਦੇ ਵਿੱਚ ਸਾਮਵਾਦੀ ਦਲ 1924 ਈਸਵੀ ਦੇ ਵਿੱਚ ਤੇ ਰਾਸ਼ਟਰੀ ਦਲ ਹੈ ਕਿੰਨੇ ਨੇ ਰਾਸ਼ਟਰੀ ਰਾਸ਼ਟਰੀ ਦਲ ਹੈਗੇ ਨੇ 8 ਰਾਸ਼ਟਰੀ ਦਲ ਕਿੰਨੇ ਨੇ 8 ਅੱਗੇ ਹੈ ਕਿਹੜੇ ਰਾਜ ਦੇ ਵਿੱਚ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਹਾਂਜੀ ਪੰਚਾਇਤੀ ਰਾਜ ਐਕਟ ਹੈ ਜਿਹੜੇ ਕਿ 1992 ਦਾ ਐਕਟ ਸੀ 1993 ਦੇ ਵਿੱਚ ਲਾਗੂ ਆਇਆ ਤੇ ਜਿਹੜੇ ਕਿ ਇਹ ਪੰਚਾਇਤੀ ਰਾਜ ਐਕਟਾ 11ਵੀਂ ਅਨੁਸੂਚੀ ਦੇ ਵਿੱਚ ਹੈ 11ਵੀਂ ਅਨੁਸੂਚੀ ਦੇ ਅਧੀਨ ਜਿਹੜੇ ਕਿ ਦਰਜ ਹੈ ਨੂੰ ਸੂਚੀ ਦੇ ਦੀ ਦਾ ਦਰਜ ਹੈ ਤੇ ਐ ਇਹ ਦਾ ਪੰਚਾਇਤੀ ਰਾਜ ਦੇ ਵਿੱਚ ਕਿੰਨੇ ਵਿਸ਼ੇ ਨੇ 29 ਵਿਸ਼ੇ ਨੇ 29 ਵਿਸ਼ੇ ਨੇ ਇਹਦੇ ਵਿੱਚ ਤੇ 73ਵੀਂ ਸੋਧ 73ਵੀਂ ਸੋਧ 11ਵੀਂ ਅਨੁਸੂਚੀ 29 ਵਿਸ਼ੇ ਨੇ ਠੀਕ ਹੈ ਤਾਂ ਇਹ ਸਭ ਤੋਂ ਪਹਿਲਾ ਪੰਚਾਇਤੀ ਰਾਜ ਸਭ ਤੋਂ ਪਹਿਲਾ ਕਿਹੜੇ ਰਾਜ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ ਇਹ ਜਿਹੜਾ ਸੋਧ ਬਾਅਦ ਆਇਆ 73ਵੀਂ ਜਿਹੜੀ ਕਿ ਪੰਚਾਇਤੀ ਦਿਵਸ ਤੇ ਉਹਦੇ ਬਾਰੇ ਦੱਸ ਰਿਹਾ ਆਪਾਂ ਹੁਣ ਆਪਾਂ ਨੇ ਕਿਹੜੇ ਰਾਜ ਦੇ ਵਿੱਚ ਪੰਚਾਇਤੀ ਰਾਜ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਇਹਨਾਂ ਦੇ ਵਿੱਚ ਆਪਸ਼ਨ ਹੈ ਆਪਣਾ Rajasthan ਦੇ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ Rajasthan ਦੇ ਵਿੱਚ ਤੇ Rajasthan ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਹੜੇ ਕਿ ਸਥਾਪਿਤ ਕੀਤੀ ਸੀ ਪੰਚਾਇਤੀ ਰਾਜ ਦੀ Rajasthan ਦੇ ਵਿੱਚ 2 ਅਕਤੂਬਰ 2 ਅਕਤੂਬਰ 1959 ਈਸਵੀ ਦੇ ਵਿੱਚ 2 ਅਕਤੂਬਰ 1959 ਈਸਵੀ ਦੇ ਵਿੱਚ ਠੀਕ ਹੈ ਤੇ ਦੂਜਾ ਆਂਧਰਾ ਪ੍ਰਦੇਸ਼ ਦੇ ਵਿੱਚ ਹੋਇਆ ਸੀ ਆਂਧਰਾ ਪ੍ਰਦੇਸ਼ ਦੇ ਵਿੱਚ ਹੋਇਆ ਸੀ 11 ਅਕਤੂਬਰ ਉਨੀ 69 ਦੇ ਵਿੱਚ 11 ਤੋਂ 1969 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਹੋਇਆ ਤੇ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਤੇ ਜਿਹੜਾ ਮੈਂ ਤੁਹਾਨੂੰ 73ਵੇਂ ਸੋਧ ਵਾਲਾ ਐਕਟ ਦੱਸਿਓ ਬਾਅਦ ਦੇ ਵਿੱਚ ਹੋਇਆ ਇਹ ਇਸ ਤੋਂ ਪਹਿਲਾਂ ਸੀ ਤੇ ਜਿਹੜਾ ਪੰਚਾਇਤੀ ਚੋਣਾਂ ਕੌਣ ਕਰਵਾਉਂਦਾ ਹੁੰਦਾ ਹੈ ਤੇ ਪੰਚਾਇਤੀ ਚੋਣਾਂ ਦਾ ਜਿਹੜੇ ਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਨੇ ਚੋਣਾਂ ਦਾ ਅਧਿਕਾਰ ਹੁੰਦਾ ਰਾਜ ਚੋਣ ਅਯੋਗ ਦੇ ਕੋਲ ਰਾਜ ਚੋਣ ਅਯੋਗ ਦੇ ਕੋਲ ਠੀਕ ਹੈ ਰਾਜ ਚੋਣ ਅਯੋਗ ਦੇ ਕੋਲ ਇਹ ਹੁੰਦਾ ਅਧਿਕਾਰ ਤੇ ਇਹਦੇ ਵਿੱਚੋਂ ਜਿਹੜਾ ਕਿ ਪੰਚਾਇਤੀ ਰਾਜ ਦੀ ਸਥਾਪਨਾ ਦੀ ਸਿਫਾਰਸ਼ ਕਿਸ ਨੇ ਕੀਤੀ ਸੀ ਬਲਵੰਤ رائے ਮਹਿਤਾ ਕਮੇਟੀ ਨੇ ਬਲਵੰਤ رائے ਮਹਿਤਾ ਕਮੇਟੀ ਨੇ ਨੈਕਸਟ ਕੁਐਸਚਨ ਦੇਖਦੇ ਅੱਗੇ ਆਪਣਾ ਰਾਜ ਇੱਕ ਜ਼ਰੂਰੀ ਬਰਾਈ ਹੈ ਰਾਜ ਇੱਕ ਜ਼ਰੂਰੀ ਬਰਾਈ ਹੈ ਕਿਹੜੀ ਵਿਚਾਰਧਾਰਾ ਦਾ ਹੈ ਮਹੱਤਵਪੂਰਨ ਲੱਛਣ ਸੀ ਰਾਜ ਇੱਕ ਜ਼ਰੂਰੀ ਬਰਾਈ ਰਾਜ ਨੂੰ ਇੱਕ ਜ਼ਰੂਰੀ ਬਰਾਈ ਕੌਣ ਮੰਨਦੇ ਸੀ ਕਲੈਂਕਾੜੀ ਰਾਜ ਜਾਂ ਸਮਕਾਲੀ ਉਧਾਰਵਾਦ ਜਾਂ ਉੱਤਰ ਸਮਕਾਲੀ ਉਧਾਰਵਾਦ ਜਾਂ ਪ੍ਰਾਤਨ ਉਧਾਰਵਾਦ ਪ੍ਰਾਤਨ ਉਧਾਰਵਾਦ ਜਿਹੜੀ ਕਿ ਰਾਜ ਨੂੰ ਜ਼ਰੂਰੀ ਬਰਾਈ ਮੰਨਦੇ ਨੇ ਪ੍ਰਾਤਨ ਉਧਾਰਵਾਦ ਜਿਸ ਨੂੰ ਕਲਾਸਿਕਲ ਉਧਾਰਵਾਦ ਵੀ ਕਿਹਾ ਜਾਂਦਾ ਅੱਗੇ ਹੈ ਮਾਰਕਸਵਾਦ ਨੂੰ ਡੈਸ਼ ਦਾ ਪਿਤਾਮਾ ਕਿਹਾ ਜਾਂਦਾ ਹਾਂਜੀ ਮਾਰਕਸ Karl Marx ਨੂੰ ਕਿਸ ਦਾ ਪਿਤਾਮਾ ਕਿਹਾ ਜਾਂਦਾ Karl Marx ਨੂੰ ਤਾਂ ਇਸ ਨੂੰ ਜਿਹੜੇ ਕਿ Karl Marx ਨੂੰ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਕਿਹਾ ਜਾਂਦਾ ਹੈ ਤੇ Karl Marx ਬਾਰੇ ਵੀ ਹੋਰ ਕੁਐਸਚਨਸ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਜਿਵੇਂ Karl Marx ਜਿਹੜੇ ਕੀ ਇਹ ਜਰਮਨ ਦਾ ਦਾਰਸ਼ਨਿਕ ਸੀ ਜਰਮਨ ਦਾ ਫਿਲਾਸਫਰ ਸੀ 19ਵੀਂ ਸਦੀ ਦੇ ਵਿੱਚ ਠੀਕ ਹੈ ਤੇ ਇਹਦਾ ਜਨਮ ਹੋਇਆ ਸੀ 5 ਮਈ 5 ਮਈ 1818 ਈਸਵੀ ਨੂੰ ਜਰਮਨ ਦੇ ਵਿੱਚ ਜਰਮਨੀ ਦੇ ਵਿੱਚ ਇਸਦਾ ਜਨਮ ਹੋਇਆ ਸੀ ਯਹੂਦੀ ਪਰਿਵਾਰ ਦੇ ਵਿੱਚ ਤੇ ਜਿਹੜਾ ਕਿ ਇਹਦਾ ਦਿਹਾਂਤ ਹੋਇਆ ਸੀ 1883 ਈਸਵੀ ਦੇ ਵਿੱਚ ਲੰਡਨ ਇੰਗਲੈਂਡ ਦੇ ਵਿੱਚ ਤੇ ਜਿਹੜਾ ਬੁక్స్ ਨੇਮ ਵੀ ਯਾਦ ਹੋਣੇ ਚਾਹੀਦੇ ਨੇ ਰਚਨਾਵਾ ਕਮਿਊਨਿਸਟ ਮੈਨੀਫੈਸਟੋ ਠੀਕ ਆ ਦਾਸ ਕੈਪੀਟਲ ਵੈਲਿਊ ਪ੍ਰਾਈਸ ਪ੍ਰੋਫਿਟ ਇਹ ਵਾਲੀਆਂ ਇਹ ਇੰਪੋਰਟੈਂਟ ਨੇ ਤੁਹਾਨੂੰ ਚਾਹੀਦੀ ਯਾਦ ਵੀ ਹੋਣੇ ਚਾਹੀਦੇ ਨੇ ਤੇ ਇਹਨੇ ਵਿਗਿਆਨਿਕ ਸਮਾਜਵਾਦ ਦਾ ਪਿਤਾਮਾ ਮੰਨਿਆ ਜਾਂਦਾ ਸਮਾਜਿਕ ਪਦਾਰਥਵਾਦ ਠੀਕ ਆ ਤੇ Karl Marx ਨੇ ਵਾਧੂ ਮੁੱਲ ਦਾ ਸਿਧਾਂਤ ਦਿੱਤਾ ਸੀ ਇਹ ਦਾਸ ਕੈਪੀਟਲ ਬੁੱਕ ਦੇ ਵਿੱਚ ਦੱਸ ਦਿੱਤਾ ਸੀ ਦਾਸ ਕੈਪੀਟਲ ਬੁੱਕ ਜਿਹੜੀ ਕਿ Karl Marx ਦੀ ਉਹਦੇ ਵਿੱਚ ਇਹਨੇ ਵਾਧੂ ਮੁੱਲ ਦਾ ਸਿਧਾਂਤ ਦਿੱਤਾ ਸੀ ਤੇ ਕਮਿਊਨਿਸਟ ਮੈਨੀਫੈਸਟੋ ਦੇ ਵਿੱਚ ਇਹਨੇ ਵਰਗ ਸੰਘਰਸ਼ ਸ਼੍ਰੇਣੀ ਸ਼੍ਰੇਣੀ ਦਾ ਜਿਹੜਾ ਕੀ ਸਿਧਾਂਤ ਦਿੱਤਾ ਸੀ ਅੱਗੇ ਹੈ ਭਾਰਤ ਵਿੱਚ ਡੈਸ਼ ਪ੍ਰਣਾਲੀ ਲਾਗੂ ਕੀਤੀ ਗਈ ਹੈ ਤਾਂ ਭਾਰਤ ਦੇ ਵਿੱਚ ਕਿਹੜੀ ਪ੍ਰਣਾਲੀ ਲਾਗੂ ਕੀਤੀ ਗਈ ਹੈ ਸੰਸਦੀ ਸ਼ਾਸਨ ਪ੍ਰਣਾਲੀ ਸੰਸਦੀ ਪ੍ਰਣਾਲੀ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਹੈ ਤੇ ਪਾ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਆ ਤੇ ਜਿਹੜੇ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਸਰਕਾਰ ਦੇ ਤਿੰਨ ਅੰਗ ਹੁੰਦੇ ਨੇ ਜਿੱਥੇ ਤਾਂ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਆਪਸੀ ਸਬੰਧ ਮਤਲਬ ਕਿ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਪ੍ਰਤੀ ਉੱਤਰदाई ਹੁੰਦੀ ਆਪਣੇ ਹਰ ਕਾਰਜ ਦੇ ਲਈ ਤੇ ਦੋਹਾਂ ਦੇ ਵਿਚਕਾਰ ਅਗਰ ਨੇੜਤਾ ਦਾ ਸਬੰਧ ਹੁੰਦਾ ਤਾਂ ਉੱਥੇ ਸੰਸਦੀ ਸ਼ਾਸਨ ਪ੍ਰਣਾਲੀ ਹੁੰਦੀ ਹੈ ਓਕੇ ਸੰਸਦੀ ਸ਼ਾਸਨ ਪ੍ਰਣਾਲੀ ਮਤਲਬ ਕਿ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੋਨਾਂ ਦੇ ਵਿੱਚ ਆਪਸੀ ਸਬੰਧ ਨੇੜੇ ਦਾ ਹੁੰਦਾ ਤੇ ਕਾਰਜਪਾਲਿਕਾ ਵਿਧਾਨਪਾਲਿਕਾ ਤੋਂ ਦੇ ਉੱਤਰਦਾਈ ਹੁੰਦੀ ਆ ਤੇ ਉਸ ਤੋਂ ਇਲਾਵਾ ਜਿਹੜੇ ਪ੍ਰਧਾਨਗੀ ਸਸ਼ਸ਼ਨ ਪ੍ਰਣਾਲੀਆਂ ਹੁੰਦੀ ਹੈ ਜਿਸ ਦੇ ਵਿੱਚ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤੀ ਉੱਤਰਦਾਈ ਨਹੀਂ ਹੁੰਦੀ ਤੇ ਅਗਲਾ ਆਪਣਾ ਕੁਐਸਚਨ ਹੈ ਭਾਰਤੀ ਮਤਦਾਤਾਵਾਂ ਦੀ ਸੂਚੀ ਡੈਸ਼ ਤਿਆਰ ਕਰਵਾਉਂਦਾ ਹੈ ਤਾਂ ਭਾਰਤੀ ਮਤਦਾਤਾਵਾਂ ਦੀ ਸੂਚੀ ਕੌਣ ਤਿਆਰ ਕਰਵਾਉਂਦਾ ਤਾਂ ਇਸ ਦਾ ਅਨਸਰ ਆਊਗਾ ਚੋਣ ਅਜੋਗ ਚੋਣ ਅਜੋਗ ਇਕ ਭਾਰਤੀ ਚੋਣ ਜੋਗ ਤੇ ਇੱਕ ਜਿਹੜੇ ਕਿ ਰਾਜ ਚੋਣ ਜੋਗ ਰਾਜ ਚੋਣ ਜੋਗ ਪੰਚਾਇਤੀ ਤੇ ਸਥਾਨਕ ਪੰਚਾਇਤੀ ਤੇ ਜਿਹੜੇ ਕਿ ਆਪਣੇ ਸ਼ਹਿਰੀ ਸਥਾਨਕ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਚੋਣਾਂ ਦਾ ਪ੍ਰਬੰਧ ਉਹਦਾ ਰਾਜ ਚੋਣ ਜੋਗ ਕੋਲ ਤੇ ਇਹ ਹੈ ਭਾਰਤੀ ਚੋਣ ਜੋਗ ਜਿਹੜਾ ਕਿ ਆਰਟੀਕਲ ਹੈ 324 324 ਨਿਸ਼ੇਧ ਦੇ ਅਧੀਨ ਹੈ ਤੇ ਚੋਣ ਪ੍ਰਣਾਲੀ ਦਾ ਜਿਹੜੇ ਕਿ ਵਰਣਨ ਹੈਗਾ ਭਾਰਤੀ ਸੰਵਿਧਾਨ ਦੇ 15 ਅਧਿਆਇ ਦੇ ਵਿੱਚ 15 ਅਧਿਆਇ ਦੇ ਵਿੱਚ ਹੈ ਤੇ ਚੋਣ ਅਯੋਗ ਦੇ ਵਿੱਚ ਦੋ ਇੱਕ ਤਾਂ ਮੁੱਖ ਚੋਣ ਕਮਿਸ਼ਨਰ ਹੁੰਦਾ ਚੋਣ ਅਯੋਗ ਦੇ ਵਿੱਚ ਇੱਕ ਮੁੱਖ ਚੋਣ ਕਮਿਸ਼ਨਰ ਤੇ ਦੂਜੇ ਉਹਦੇ ਜਿਹੜੇ ਕਿ ਚੋਣ ਹੋਰ ਦੋ ਮੈਂਬਰ ਹੁੰਦੇ ਨੇ ਤੇ ਜਿਹੜਾ ਚੋਣ ਅਯੋਗ ਆ ਇਹਦਾ ਆਰਟੀਕਲ 324 ਹੈ ਤੇ ਚੋਣ ਅਯੋਗ ਦੀ ਜਿਹੜੀ ਕਿ ਸਥਾਪਨਾ ਹੋਈ ਸੀ ਚੋਣ ਅਯੋਗ ਦੀ ਸਥਾਪਨਾ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ 25 ਚੋਣ ਅਯੋਗ ਦੀ ਸਥਾਪਨਾ 25 ਜਨਵਰੀ 1950 ਦੇ ਵਿੱਚ 25 ਜਨਵਰੀ 1950 ਦੇ ਵਿੱਚ ਤੇ ਜਿਹੜੇ ਕਿ ਵੋਟਰ ਦਿਵਸ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ 25 ਜਨਵਰੀ ਨੂੰ ਵੋਟਰ ਦਿਵਸ ਵੀ ਕਦੋਂ ਮਨਾਇਆ ਜਾਂਦਾ 25 ਜਨਵਰੀ ਨੂੰ ਐਵੇਂ ਇਹ ਕੁਸ਼ਚਨ ਇੱਕ ਯਾਦ ਹੋਣਾ ਚਾਹੀਦਾ ਤੁਹਾਨੂੰ ਕਿ ਪੰਚਾਇਤੀ ਦਿਵਸ ਕਦੋਂ ਮਨਾਇਆ ਜਾਂਦਾ ਪੰਚਾਇਤੀ ਦਿਵਸ ਕਿਉਂਕਿ ਪੰਚਾਇਤ ਪੰਚਾਇਤੀ ਰਾਜ ਦੀ ਸੰਸਥਾਵਾਂ ਤੁਹਾਡੇ ਚੈਪਟਰ ਰਹਾ ਹੈਗਾ ਤਾਂ ਪੰਚਾਇਤੀ ਦਿਵਸ ਮਨਾਇਆ ਜਾਂਦਾ 24 ਅਪ੍ਰੈਲ ਨੂੰ 24 ਅਪ੍ਰੈਲ ਨੂੰ ਪੰਚਾਇਤੀ ਦਿਵਸ ਮਨਾਇਆ ਜਾਂਦਾ ਤੇ 25 ਜਨਵਰੀ ਨੂੰ ਵੋਟਰ ਦਿਵਸ ਮਨਾਇਆ ਜਾਂਦਾ મતਦਾਤਾ ਦਿਵਸ 25 ਜਨਵਰੀ ਤੇ ਇਹ ਰਾਜ ਜਨੋਜਕ ਜਿਹੜੇ ਕਿ ਤੁਹਾਨੂੰ ਦੱਸਤਾ ਕਿਹਦੇ ਕਿਹਦੇ ਚੋਣਾਂ ਕਰਵਾਉਂਦਾ ਹੁਣ ਭਾਰਤੀ ਜਿਹੜਾ ਚੋਣੋ ਜੋਗ ਹੈ ਰਾਸ਼ਟਰਪਤੀ ਉਪ ਰਾਸ਼ਟਰਪਤੀ ਰਾਜ ਸਭਾ ਲੋਕ ਸਭਾ ਤੇ ਵਿਧਾਨ ਸਭਾ ਇਹਨਾਂ ਦੀਆਂ ਚੋਣਾਂ ਕਰਵਾਉਂਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਰਾਜ ਸਭਾ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਬੰਧ ਕੌਣ ਕਰਦਾ ਭਾਰਤੀ ਚੋਣ ਜੋਗ ਅਗਲਾ ਹੈ ਕੁਐਸਚਨ ਉਧਾਰਵਾਦ ਕਿਹੜੀ ਭਾਸ਼ਾ ਦੇ ਕਿਹੜੇ ਸ਼ਬਦ ਦਾ ਪੰਜਾਬੀ ਅਨਵਾਦ ਹੈ ਤਾਂ ਜਿਹੜਾ ਉਧਾਰਵਾਦ ਆ ਉਧਾਰਵਾਦ ਇਹ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਲਿਬਰਲਿਜ਼ਮ ਲਿਬਰੇਲਿਜ਼ਮ ਲਿਬਰੇਲਿਜ਼ਮ ਦਾ ਜਿਹੜਾ ਕਿ ਪੰਜਾਬੀ ਵਿੱਚ ਅਨਵਾਦ ਹੈ ਮਤਲਬ ਕਿ ਉਧਾਰਵਾਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਲਿਬਰੇਲਿਜ਼ਮ ਤੋਂ ਲਿਆ ਗਿਆ ਹੈ ਤੇ ਲਿਬਰੇਲਿਜ਼ਮ ਜਿਹੜਾ ਕਿ ਲਾਤੀਨੀ ਭਾਸ਼ਾ ਦਾ ਸ਼ਬਦ ਲਿਵਰਲਿਸ ਤੋਂ ਲਿਆ ਗਿਆ ਠੀਕ ਹੈ ਲਿਬਰੇਲਿਜ਼ਮ ਇੰਗਲਿਸ਼ ਭਾਸ਼ਾ ਦਾ ਸ਼ਬਦ ਹੈ ਤੇ ਪੰਜਾਬੀ ਦੇ ਵਿੱਚ ਇਹਨੂੰ ਉਧਾਰਵਾਦ ਕਹਿੰਦੇ ਨੇ ਤੇ ਜਿਹੜਾ ਲਿਬਰੇਲਿਜ਼ਮ ਸ਼ਬਦ ਅੰਗਰੇਜ਼ੀ ਭਾਸ਼ਾ ਨੇ ਕਿਸ ਤੋਂ ਲਿਆ ਹੈ ਲਾਤੀਨੀ ਭਾਸ਼ਾ ਦੇ ਸ਼ਬਦ ਲਿਵਰਲਿਸ ਤੋਂ ਲਿਆ ਲਿਬਰਲਿਸ ਤੋਂ ਲਿਆ ਗਿਆ ਤੇ ਜਿਸ ਦਾ ਅਰਥ ਕੀ ਹੁੰਦਾ ਸੁਤੰਤਰ ਵਿਅਕਤੀ ਤਾਂ ਇਹਦਾ ਸ਼ਬਦ ਅਰਥ ਕੀ ਹੁੰਦਾ ਉਧਾਰਵਾਦ ਦੇ ਵਿੱਚ ਮੁੱਖ ਸੈਂਟਰ ਮੁੱਖ ਕੇਂਦਰ ਕੀ ਹੁੰਦਾ ਇੱਕ ਵਿਅਕਤੀ ਜਿਸ ਨੂੰ ਪੂਰੀ ਆਜ਼ਾਦੀ ਹੁੰਦੀ ਆ ਸੁਤੰਤਰ ਵਿਅਕਤੀ ਠੀਕ ਹੈ ਤੇ ਇਹ ਰਾਜ ਨੂੰ ਇੱਕ ਜ਼ਰੂਰੀ ਬਰਾਈ ਮੰਨਦੇ ਸੀ ਪ੍ਰਾਤਨ ਉਧਾਰਵਾਦੀ ਅਗਲਾ ਹੈ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਦਾ ਜਨਮਦਾਤਾ ਕੌਣ ਸੀ ਤਾਂ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਦਾ ਜਿਹੜਾ ਕਿ ਜਨਮਦਾਤਾ ਕੌਣ ਸੀ ਤਾਂ ਇਸ ਦਾ ਰਾਈਟ ਆਨਸਰ ਆਊਗਾ ਡੇਵਿਡ ਇਸਟਰਨ ਡੇਵਿਡ ਈਸਟਰਨ ਡੇਵਿਡ ਈਸਟਰਨ ਦਾ ਜਿਹੜਾ ਕਿ ਨਿਕਾਸ ਤੇ ਵਿਕਾਸ ਵਾਲਾ ਕੁਸ਼ਚਨ ਉਹ ਵੀ ਇੰਪੋਰਟੈਂਟ ਆ ਡੇਵਿਡ ਈਸਟਰਨ ਤੇ ਇਹਨੇ ਪੁਸਤਕ ਲਿਖੀ ਸੀ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਜਿਹੜੇ ਕਿ ਇਹਨੇ ਪੁਸਤਕ ਲਿਖੀ ਸੀ ਤੇ ਪੁਸਤਕ ਲਿਖੀ ਸੀ 1953 ਈਸਵੀ ਦੇ ਵਿੱਚ ਡੇਵਿਡ ਈਸਟਰਨ ਨੇ ਜਿਹੜੀ ਕਿਤਾਬ ਲਿਖੀ ਸੀ ਰਾਜਨੀਤਿਕ ਪ੍ਰਣਾਲੀ 1953 ਸੀ ਦੇ ਵਿੱਚ ਲਿਖੀ ਸੀ ਤੇ ਡੇਵਿਡ ਈਸਟਰਨ ਅਮਰੀਕਾ ਦਾ ਜਿਹੜੀ ਸੀ ਅਗਲਾ ਹੈ ਮਨੁੱਖੀ ਅਧਿਕਾਰ ਦੇ ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਤਾਂ ਮਨੁੱਖੀ ਅਧਿਕਾਰ ਦਿਵਸ ਸੇ ਤਿੰਨੋਂ ਦਿਨ ਤੁਸੀਂ ਯਾਦ ਰੱਖਣੇ ਹਨ ਵੋਟਰ ਦਿਵਸ 25 ਜਨਵਰੀ ਤੇ ਜਿਹੜੇ ਕਿ ਪੰਚਾਇਤੀ ਦਿਵਸ ਹੈਗਾ 24 ਅਪ੍ਰੈਲ ਤੇ ਅੱਗੇ ਆਪਣਾ ਆ ਗਿਆ ਇਹ ਮਨੁੱਖੀ ਅਧਿਕਾਰ ਦਿਵਸ ਤੇ ਮਨੁੱਖੀ ਅਧਿਕਾਰ ਦਿਵਸ ਦਾ ਜਿਹੜੇ ਕਿ 10 ਦਸੰਬਰ 10 ਦਸੰਬਰ ਕਦੋਂ ਮਨਾਇਆ ਜਾਂਦਾ 10 ਦਸੰਬਰ ਕਦੋਂ ਮਤਲਬ ਕਿ ਇਹ ਮਨਾਇਆ ਗਿਆ ਸੀ 10 ਸਤੰਬਰ ਕਦੋਂ ਐਲਾਨ ਕੀਤਾ ਗਿਆ ਸੀ ਇਹਦਾ 10 ਦਸੰਬਰ 1948ਵੀ ਦੇ ਵਿੱਚ 1948ਵੀ ਦੇ ਵਿੱਚ ਤਾਂ ਹਰ 10 ਦਸੰਬਰ ਨੂੰ ਜਿਹੜੇ ਕਿ ਮਨੁੱਖੀ ਅਧਿਕਾਰ ਦੇ ਵਿੱਚ ਹੁੰਦਾ ਤਾਂ ਇਹ ਇਹਦੀ ਜਿਹੜੀ ਕਿ ਮਤਲਬ ਕਿ ਕਦੋਂ ਇਹਨੂੰ ਐਲਾਨਿਆ ਗਿਆ ਸੀ ਤਾਂ ਇਹ ਯੂਨੋ ਦੇ ਵਿੱਚ ਯੂਨੋ ਦੇ ਮਤਲਬ ਕਿ ਮਹਾਸਭਾ ਦੇ ਵਿੱਚ ਇਹਨੂੰ ਐਲਾਨਿਆ ਗਿਆ ਸੀ 10 ਦਸੰਬਰ 1948ਵੀ ਦੇ ਵਿੱਚ ਤੇ ਹੁਣ ਜਦੋਂ ਕਦੋਂ ਬਣਾਇਆ ਜਾਂਦਾ ਫਿਰ ਤੁਸੀਂ 10 ਦਸੰਬਰ ਲਿਖੋਗੇ ਅੱਗੇ ਹੈ ਭਾਰਤ ਵਿੱਚ ਇੱਕ ਦਲ ਪ੍ਰਣਾਲੀ ਹੈ ਤਾਂ ਇਹ ਸਹੀ ਹੈ ਜਾਂ ਗਲਤ ਤਾਂ ਇਹ ਗਲਤ ਹੈ ਠੀਕ ਹੈ ਕਿਉਂਕਿ ਭਾਰਤ ਦੇ ਵਿੱਚ ਇੱਕ ਦਲ ਪ੍ਰਣਾਲੀ ਨਹੀਂ ਹੈ ਭਾਰਤ ਦੇ ਵਿੱਚ ਬਹੁਤ ਦਲ ਪ੍ਰਣਾਲੀ ਹੈ ਬਹੁਤ ਦਲ ਪ੍ਰਣਾਲੀ ਹੈ ਭਾਰਤ ਦੇ ਵਿੱਚ ਭਾਰਤ ਦੇ ਵਿੱਚ ਬਹੁਤ ਦਲ ਪ੍ਰਣਾਲੀ ਹੈ ਤੇ ਇਸ ਤੋਂ ਇਲਾਵਾ ਭਾਰਤ ਤੋਂ ਇਲਾਵਾ ਫਰਾਂਸ ਤੇ ਜਾਪਾਨ ਫਰਾਂਸ ਜਾਪਾਨ ਸਵਿਟਜ਼ਰਲੈਂਡ ਦੇ ਵਿੱਚ ਵੀ ਬਹੁਤ ਦਲ ਪ੍ਰਣਾਲੀ ਹੈ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਬਹੁਦਲ ਪ੍ਰਣਾਲੀ ਵਾਲੇ ਕਿਹੜੇ-ਕਿਹੜੇ ਨੇ ਕਿਉਂਕਿ ਇੰਪੋਰਟੈਂਟ ਕੁਐਸਚਨ ਆ ਜਿਵੇਂ ਭਾਰਤ ਹੋ ਗਿਆ ਫਰਾਂਸ ਹੋ ਗਿਆ ਜਾਪਾਨ ਹੋ ਗਿਆ ਸਵਿਟਜ਼ਰਲੈਂਡ ਹੋ ਗਿਆ ਤੇ ਇੱਕ ਦਲ ਪ੍ਰਣਾਲੀ ਵਾਲੇ ਚੀਨ ਉੱਤਰੀ ਕੋਰੀਆ ਠੀਕ ਹੈ ਚੀਨ ਉੱਤਰੀ ਕੋਰੀਆ ਕੰਬੋਡੀਆ ਇਹ ਹੋ ਗਏ ਵਿਅਤਨਾਮ ਅੱਗੇ ਹੈ ਸਤਿਆਗ੍ਰਹਿ ਗਾਂਧੀਵਾਦ ਦਾ ਦਿਲ ਅਤੇ ਆਤਮਾ ਹੈ ਹਾਂਜੀ ਸਤਿਆਗ੍ਰਹਿ ਦਾ ਇਸ ਦਾ ਹੁੰਦਾ ਜਿਹੜੇ ਕਿ ਗਾਂਧੀਵਾਦ ਨੇ ਦਿੱਤਾ ਸੀ ਸਤਿਆਗ੍ਰਹਿ ਤਾਂ ਇਹ ਗਨ ਦਿਲ ਹੈ ਤੇ ਆਤਮਾ ਤਾਂ ਇਹ ਬਿਲਕੁਲ ਠੀਕ ਹੈ ਤੇ ਸਤਿਆਗ੍ਰਹਿ ਦਾ ਜਿਹੜੀ ਕਿ ਇਹ ਰਾਜਨੀਤਿਕ ਵਿਚਾਰਾਂ ਦਾ ਇੱਕ ਆਧਾਰ ਸੀ ਸਤਿਆਗ੍ਰਹਿ ਦਾ ਸ਼ਬਦੀ ਅਰਥ ਸੀ ਸੱਚ ਤੇ ਡਟੇ ਰਹਿਣਾ ਸੱਚ ਤੇ ਡਟੇ ਰਹਿਣਾ ਡਟੇ ਰਹਿਣਾ ਇਹ ਸਤਿਆਗ੍ਰਹਿ ਦਾ ਸ਼ਬਦੀ ਅਰਥ ਸੀ ਤੇ ਇਹਦੇ ਵਿੱਚ ਜਿਹੜੀ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਉਹ ਬਰਾਹਮਣਾਂ ਤੇ ਅਨਿਆਤ ਅਤਿਆਚਾਰਾਂ ਦਾ ਹਿੰਸਕ ਸਾਧਨਾ ਦੁਆਰਾ ਨਹੀਂ ਸਗੋਂ ਪਿਆਰ ਤੇ ਆਪ ਕਸਟਰ ਸਹਿਣ ਦੇ ਨਾਲ ਕੀਤਾ ਜਾ ਸਕਦਾ ਜਿਵੇਂ ਇਹਨਾਂ ਨੇ ਨਾਮਿਲਵਰਤਨ ਅੰਦੋਲਨ ਇਹਦੇ ਵਿੱਚ ਵਿਧੀਆਂ ਕਿਹੜੇ-ਕਿਹੜੇ ਨੇ ਸਤਿਆਗ੍ਰਹਿ ਦੀਆਂ ਨਾਮਿਲਵਰਤਨ ਹੜਤਾਲ ਧਰਨੇ ਦੇਣਾ ਸਮਾਜਿਕ ਵਾਈਕਾਟ ਕਰਨਾ ਹਿਜਰਤ ਵਰਤ ਰੱਖਣਾ ਤੇ ਹਿਜਰਤ ਅਹਿੰਸਾ ਇਹ ਜਿਹੜੇ ਕਿ ਅਲੱਗ ਤੋਂ ਕੁਐਸਚਨ ਵੀ ਤੁਹਾਡੇ ਬਣ ਸਕਦੇ ਨੇ ਹਿਜਰਤ ਅਹਿੰਸਾ ਕਿਉਂਕਿ ਇਹ ਬਹੁਤ ਵਾਰ ਰਿਪੀਟ ਹੋਏ ਹੋਏ ਕੁਐਸਚਨ ਨੇ ਤੁਸੀਂ ਦੇਖ ਵੀ ਸਕਦੇ ਆਪਣੇ ਜੋ ਤੁਸੀਂ ਜਿਸ ਤੋਂ ਸਟੱਡੀ ਕਰ ਰਹੇ ਹੋ ਜਿਹੜੇ ਕਿ ਬੁੱਕ ਤੋਂ ਉਹਦੇ ਵਿੱਚ ਦੱਸਿਆ ਹੋਇਆ ਹੁੰਦੇ ਨੇ ਵੀ ਕਿਹੜੇ ਕਿਹੜੇ ਰਿਪੀਟਡ ਕੁਐਸਚਨ ਨੇ ਕਿਹੜੇ ਕਿਹੜੇ ਈਅਰ ਚ ਆਏ ਹੋਏ ਨੇ ਜਿਵੇਂ ਅਹਿੰਸਾ ਦਾ ਸਿਧਾਂਤ ਬਹੁਤ ਵਾਰ ਰਿਪੀਟ ਹੋਇਆ ਹੋਇਆ ਹੈ ਹਿਜਰਤ ਤੋਂ ਜਿਹੜੇ ਕੀ ਗਾਂਧੀ ਜੀ ਦਾ ਕੀ ਭਾਵ ਸੀ ਇਹ ਬਹੁਤ ਰਿਪੀਟ ਹੋਇਆ ਹੋਇਆ ਹੁੰਦਾ ਹੈ ਤੇ ਈਮਾਨਦਾਰੀ ਪ੍ਰਣਾਲੀ ਟਰਸਟੀਸ਼ਿਪ ਸਿਧਾਂਤ ਈਮਾਨਦਾਰੀ ਪ੍ਰਣਾਲੀ ਟਰਸਟੀਸ਼ਿਪ ਸਿਧਾਂਤ ਐਮੀ ਜਿਹੜਾ ਕੀ Karl Marx ਦੇ ਵਿੱਚੋਂ ਜਿਹੜੇ ਕਿ ਇਸ ਦਾ ਵਰਗ ਸੰਘਰਸ਼ ਦਾ ਸਿਧਾਂਤ Karl Marx ਦਾ ਤੇ Karl Marx ਦਾ ਵਰਗ ਸੰਘਰਸ਼ ਤੋਂ ਲਗਾਵਾ ਵਾਧੂ ਮੁੱਲ ਦਾ ਸਧਾਂ ਤੇ ਇਹ ਕੁਐਸਚਨ ਬਹੁਤ ਵਾਰ ਰਿਪੀਟ ਹੋਏ ਹੁੰਦੇ ਨੇ Karl Marx ਦਾ ਸ੍ਰੈਣੀ ਸੰਘਰਸ਼ ਵਰਗ ਸੰਘਰਸ਼ ਦਾ ਸਧਾਂ ਤੇ ਵਾਧੂ ਮੁੱਲ ਦਾ ਸਧਾਂ ਤਾਂ ਹਾਂਜੀ ਅੱਗੇ ਹੈ ਲੋਬਿੰਗ ਦਬਾਅ ਸਮੂਹਾਂ ਦੀ ਕਾਰਸ਼ੀਲਤਾ ਦੀ ਮਹੱਤਵਪੂਰਨ ਵਿਧੀ ਹੈ ਹਾਂਜੀ ਲੋਬਿੰਗ ਦਾ ਮਤਲਬ ਕਿ ਦਬਾਅ ਸਮੂਹ ਇਹਦੇ ਰਾਹੀਂ ਜਿਹੜੇ ਕਿ ਲੋਬਿੰਗ ਦੇ ਰਾਹੀਂ ਦਬਾਅ ਪਾਉਂਦੇ ਨੇ ਤਾਂ ਇਹ ਇੱਕ ਮਹੱਤਵਪੂਰਨ ਵਿਧੀ ਆ ਠੀਕ ਜਾਂ ਗਲਤ ਤਾਂ ਇਹ ਬਿਲਕੁਲ ਠੀਕ ਆ ਅਗਲਾ ਹੈ ਅੱਗੇ ਹੈ ਕੁਐਸਚਨ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ 1950 ਦੇ ਵਿੱਚ ਹੋਈਆਂ ਸੀ ਤਾਂ ਇਹ ਗਲਤ ਹੈ ਆਮ ਚੋਣਾਂ ਮਤਲਬ ਕਿ ਲੋਕ ਸਭਾ ਨੇ ਚੋਣਾਂ 1950 ਦੇ ਵਿੱਚ ਪਹਿਲੀਆਂ ਨਹੀਂ ਹੋਈਆਂ ਸੀ ਪਹਿਲੀਆਂ ਚੋਣਾਂ ਹੋਈਆਂ ਸੀ 1952 ਦੇ ਵਿੱਚ ਠੀਕ ਹੈ 1951 52 ਵੀ ਕਈ ਵਾਰ ਕਈ ਜਗ੍ਹਾ ਤੇ ਪਾਉ ਲਿਖਾ ਹੋਇਆ ਮਿਲਦਾ ਹੈ ਅੱਗੇ ਹੈ ਆ ਭਾਗ ਐਡੇ ਦੇ ਵਿੱਚ ਹੋਣਗੇ ਤੁਹਾਨੂੰ ਸਟੂਡੈਂਟਸ 8 ਕੁਐਸਚਨ ਹੋਣਗੇ ਯੂ ਕੈਨ ਅਟੈਂਪਟ ਐਨੀ 5 ਤੁਸੀਂ ਉਹਦੇ ਵਿੱਚ ਕੋਈ ਪੰਜ ਅਟੈਂਪਟ ਕਰਨੇ ਹੋਣਗੇ ਤੇ ਹਰ ਕੁਐਸਚਨ ਤੁਹਾਡਾ 4 ਮਾਰਕਸ ਦਾ ਹੋਊਗਾ 50 ਤੋਂ 60 ਸ਼ਬਦਾਂ ਵਿੱਚ ਤੁਸੀਂ ਉਹਦਾ ਆਨਸਰ ਕਰਨਾ ਹੋਗਾ ਜਿਵੇਂ ਰਾਜਨੀਤਿਕ ਪ੍ਰਣਾਲੀ ਦਾ ਅਰਥ ਦੱਸਣਾ Karl Marx ਦਾ ਵੱਧੂ ਮੁੱਲ ਦਾ ਸਿਧਾਂਤ ਕੀ ਹੈ ਨੌਕਰਸ਼ਾਈ ਇਹ ਜੋ ਇਹਦੇ ਵਿੱਚ ਟੈਸਟ ਪੇਪਰ 'ਚ ਮੈਂ ਪਾਏ ਹੋਏ ਨਾ ਮਾਡਲ ਟੈਸਟ ਪੇਪਰ ਦੇ ਵਿੱਚ ਤਾਂ ਸਿਲੈਕਟਡ ਕੁਐਸਚਨ ਹੀ ਝੁੰਡ-ਝੁੰਡ ਕੇ ਪਾਏ ਹੋਏ ਨੇ ਵੀ ਜਿਹੜੇ ਬਹੁਤ ਵਾਰ ਰਿਪੀਟ ਹੋਏ ਹੋਏ ਹੁੰਦੇ ਨੇ ਨੌਕਰਸ਼ਾਹੀ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਕਿਉਂ ਕਿਹਾ ਜਾਂਦਾ ਲੋਕਮਾਧ्य निर्माण ਦੇ ਵਿੱਚ ਵਿਦਿਅਕ ਸੰਸਥਾਵਾਂ ਦੀ ਕੀ ਭੂਮਿਕਾ ਜਿਵੇਂ ਦੇ ਵਿੱਚ ਪ੍ਰੈਸ ਵਾਲਾ ਵੀ ਪੁੱਛਦਾ ਦੇ ਨੇ ਇਕੱਠਾ ਕੁਐਸਚਨ ਵੀ ਪੁੱਛ ਸਕਦੇ ਨੇ ਕਿ ਲੋਕਮਾਧ्य निर्माण ਦੇ ਵਿੱਚ ਜਾਂ ਪ੍ਰਗਟਾਵੇ ਦੇ ਵਿੱਚ ਕਿਹੜੇ ਕਿਹੜੇ ਦੀ ਭੂਮਿਕਾ ਹੁੰਦੀ ਹੈ ਵਿਦਿਅਕ ਸੰਸਥਾਵਾਂ ਪ੍ਰੈਸ ਨਿਊਜ਼ਪੇਪਰ ਅਖਬਾਰ ਇਹਨਾਂ ਸਭ ਦੇ ਠੀਕ ਹੈ ਤੇ ਚੋਣ ਅਯੋਗ ਦੇ ਕੋਈ ਚਾਰ ਕੰਮ ਲਿਖਣੇ ਨੇ ਅੰਸ਼ੀਲ ਤੋਂ ਤੁਹਾਡਾ ਕੀ ਪਾਵਾ ਇਹ ਚ ਸ਼ਾਰਟ ਚ ਵੀ ਕੁਐਸਚਨ ਜਾਂਦੇ ਨੇ ਇਹਦੇ ਪੰਜ ਸਿਧਾਂਤ ਲਿਖਣੇ ਨੇ ਤੇ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਜਿਵੇਂ ਕਿ ਇਹਦੀ ਸੰਯੁਕਤ ਯੂਨੋ ਦੇ 6 ਅੰਗ ਨੇ ਇਹਦੀ ਸਥਾਪਨਾ 24 ਅਕਤੂਬਰ 1945ਵੀਂ ਦੇ ਵਿੱਚ ਹੋਈ ਸੀ 24 ਅਕਤੂਬਰ 1945 ਦੇ ਵਿੱਚ ਇਹਦੇ ਜਿਹੜੇ ਕਿ ਅੰਗ ਨੇ ਇਹ ਮਹਾਸਭਾ ਜਿਵੇਂ ਇਹ ਸਾਰੇ ਤੁਸੀਂ ਯਾਦ ਕਰਨੇ ਨੇ ਵਿਸ਼ਵੀਕਰਨ ਤੋਂ ਕੀ ਪਾਵਾ ਮੈਂ ਹੁਣ ਇਹਨਾਂ ਦੇ ਆਨਸਰਸ ਨਹੀਂ ਐਥੇ ਕਰਵਾ ਰਹੀ ਬਿਕਾਜ਼ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਅਗਰ ਤੁਸੀਂ ਚਾਹੋਗੇ ਕਿ ਇਹਨਾਂ ਦੇ ਆਨਸਰਸ ਵੀ ਕਰਵਾਏ ਜਾਣ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਸਕਦੇ ਹੋ ਫਿਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਆਨਸਰਸ ਵੀ ਕਰਵਾ ਦਾਂਗੇ ਕਿਉਂਕਿ ਮੈਂ ਸ਼ਾਰਟ ਕੁਐਸਚਨ ਤੇ ਜ਼ਿਆਦਾ ਸਟ्रेस ਦੇ ਰਹੀਆਂ ਬਿਕਾਜ਼ ਸ਼ਾਰਟ ਕੁਐਸਚਨ ਇਹ ਤਾਂ ਤੁਸੀਂ ਆਪਣੇ ਬੁੱਕ ਦੇ ਵਿੱਚੋਂ ਹਨਾ ਯਾਦ ਵੀ ਕਰ ਲੈਣੇ ਸ਼ਾਰਟ ਕੁਐਸਚਨ ਦੇ ਰਿਵੀਜ਼ਨ ਜ਼ਿਆਦਾ ਹੋਣੀ ਚਾਹੀਦੀ ਕਿਉਂਕਿ ਸ਼ਾਰਟ ਕੁਐਸਚਨ ਹਰ ਕੁਐਸਚਨ ਤੁਹਾਡਾ 2 ਮਾਰਕਸ ਦਾ ਤੇ ਉਹ ਜਿੰਨੀ ਤੁਸੀਂ ਸੁਣ ਕੇ ਯਾਦ ਕਰੋਗੇ ਉਹਨਾਂ ਵੱਧ ਤੋਂ ਵੱਧ ਯਾਦ ਤੇ ਅੱਗੇ ਭਾਗ ਈੜੀ ਦੇ ਵਿੱਚ ਭਾਗ ਈੜੀ ਦੇ ਵਿੱਚ ਹੋਣਗੇ ਕੁਐਸ਼ਨਸ ਤਿੰਨ ਤਿੰਨ ਅੰਕਾਂ ਦੇ ਇਹ ਚ ਹਰ ਕੁਐਸ਼ਨ ਚ ਤੁਹਾਨੂੰ ਜਾਂ ਦਿੱਤੀ ਹੋਊਗੀ ਤਿੰਨ ਕੁਐਸ਼ਨ ਹੋਣਗੇ ਤੇ ਦੋਨੋਂ ਤਿੰਨਾ ਕੁਐਸ਼ਨਾਂ ਦੇ ਵਿੱਚ ਜਾਂ-ਜਾਂ ਹੋਊਗੀ ਮਤਲਬ ਕਿ ਤੁਸੀਂ ਇੱਕੋ ਕੁਐਸ਼ਨ ਕਰਨਾ ਹੋਊਗਾ ਜੋ ਉੱਪਰਲਾ ਜਾਂ ਨੀਚੇ ਵਾਲਾ ਠੀਕ ਹੈ ਤੇ ਇਹ 6 ਅੰਕਾਂ ਦਾ ਇੱਕ ਕੁਐਸ਼ਨ ਹੋਊਗਾ ਤੇ ਇਹਨੂੰ ਕਰਨ ਦਾ ਵੇ ਕੀ ਹੈ ਤੁਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਾਣ ਪਛਾਣ ਦੇਣੀ ਆ ਜਿਵੇਂ ਡੈਵਿਡ ਇਸਟਨ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦੇਣੀ ਆ ਪਹਿਲਾਂ ਤੁਸੀਂ ਇਹਦੀ ਜਾਣ ਪਛਾਣ ਹੈਡਿੰਗ ਲਿਖ ਕੇ ਜੋ ਵੀ ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤ ਨੋਲਿਜ ਹੋਵੇ ਉਹ ਲਿਖਣੀ ਆ ਫਿਰ ਤੁਸੀਂ ਇਹਦੀ ਪਰਿਭਾਸ਼ਾ ਲਿਖਣੀ ਆ ਠੀਕ ਆ ਰਾਜਨੀਤਿਕ ਪ੍ਰਣਾਲੀ ਡੈਵਿਡ ਇਸਟਨ ਦੇ ਅਨੁਸਾਰ ਫਿਰ ਇਹਦੇ ਕਾਰਜ ਲਿਖਣੇ ਨੇ ਹੁਣ ਕਾਰਜ ਇਹ 6 ਅੰਕਾਂ ਦੇ ਤੁਸੀਂ ਕਾਰਜ ਤੁਹਾਡੇ 6 ਤੁਸੀਂ ਲਿਖ ਦੇਣੇ ਨੇ 6 ਹੈਡਿੰਗ ਲਿਖਣੇ ਨੇ ਹੈਡਿੰਗ ਓਕੇ ਨਹੀਂ 5-4 ਲਿਖਣੇ ਲਿਖਣੇ ਨੇ ਫਿਰ ਐਂਡ ਦੇ ਵਿੱਚ ਸਿੱਟਾ ਜ਼ਰੂਰ ਕੱਢਣਾ ਸਿੱਟਾ ਇਟ ਇਜ਼ ਅ ਮੰਡੈਟਰੀ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਸਿੱਟਾ ਮਤਲਬ ਕਿ ਉਹਨੂੰ ਸਾਰ ਅੰਸ਼ ਦੇਣਾ ਹੁੰਦਾ ਜਿਵੇਂ ਤੁਸੀਂ ਪਲੱਸ 1 ਚ ਵੀ ਕੀਤਾ ਹੋਣਾ ਜਿਹੜਾ ਵੀ ਕੋਈ ਲੌਂਗ ਕੁਐਸਚਨ ਉਹਨੂੰ ਸਾਰ ਅੰਸ਼ ਦੇ ਵਿੱਚ ਕਰਨਾ ਹੁੰਦਾ ਸਿੱਟਾ ਜਿਵੇਂ ਇਹਦੇ ਵਿੱਚ ਰਾលਨ ਪ੍ਰਣਾਲੀ ਦੇ ਜਿਹੜੇ ਕੀ ਕਾਰਜ ਪੁੱਛੇ ਗਏ ਨੇ ਸਵਸਥ ਲੋਕਮਤ ਕੀ ਹੁੰਦਾ ਤੇ ਲੋਕਮਤ ਦੇ ਉਸਾਰੀ ਤੇ ਪ੍ਰਗਟਾਵੇ ਦੇ ਸਾਧਨ ਕਿਹੜੇ-ਕਿਹੜੇ ਨੇ ਠੀਕ ਹੈ ਅੱਗੇ ਗਾਂਧੀ ਦੇ ਸਤਿਆਗ੍ਰਹਿ ਦਾ ਅਰਥ ਦੱਸ ਦਿਓ ਇਹਦੀਆਂ ਵਿਧੀਆਂ ਜਿਵੇਂ ਆਪਾਂ ਨੂੰ ਸ਼ਾਰਟ ਕੁਐਸਚਨ ਚ ਮੈਂ ਤੁਹਾਨੂੰ ਦੱਸੀ ਸੀ ਜਦੋਂ ਤੇ ਆਧੁਨਿਕ ਲੋਕਤੰਤਰ ਦੀ ਪ੍ਰਣਾਲੀ ਵਿੱਚ ਵਿਰੋਧੀ ਦਲ ਦੀ ਕੀ-ਕੀ ਭੂਮਿਕਾ ਇਹਦਾ ਵਰਣਨ ਕਰਨਾ ਵਿਰੋਧੀ ਦਲ ਦਾ ਮਤਲਬ ਕਿ ਕੀ ਕਾਰ ਜਾਂ મતਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਿਹੜੇ ਕਿਹੜੇ ਤੱਤ ਨੇ ਕਿਹੜੇ ਕਿਹੜੇ ਕਾਰਕ ਨੇ ਜਿਨ੍ਹਾਂ ਨਾਲ ਆਪਾਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ VOTING ਕਰਦੇ ਆ ਠੀਕ ਹੈ ਮਤਲਬ ਕਿ ਜਿਵੇਂ ਖੇਤਰਵਾਦ ਹੋ ਗਿਆ ਜਾਂ ਕਿਸੇ ਮਤਲਬ ਕਿ ਜਿਹੜਾ ਲੀਡਰ ਹੁੰਦਾ ਉਹ ਤੋਂ ਆਪਾਂ ਕੀ ਜਦੋਂ ਚੋਣਾਂ ਹੁੰਦੀਆਂ ਨੇ ਉਸ ਸਮੇਂ ਕਿਸ ਕਿਹਨਾ ਕਾਰਨਾਂ ਤੋਂ ਪ੍ਰਭਾਵਿਤ ਹੋ ਕੇ ਆਪਾਂ VOTING ਕਰਦੇ ਆ ਉਹ ਇਹਦੇ ਵਿੱਚ ਸਾਰੇ ਲਿਖਣੇ ਨੇ ਕਾਰਨ ਤੱਤ ਜਾਂ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਕਿਹੜੇ ਕਿਹੜੇ ਰੁਕਾਵਟਾਂ ਆਉਂਦੀਆਂ ਨੇ ਇਹਨਾਂ ਬਾਰੇ ਵੀਰਵਾ ਦੇਣਾ ਹਾਂਜੀ ਤੇ ਅੱਗੇ ਸਟੂਡੈਂਟਸ ਤੁਹਾਨੂੰ ਪੈਰਾ ਆਊਗਾ ਪੈਰੇ ਦੇ ਵਿੱਚ ਤੁਸੀਂ ਆਨਸਰ ਜਿਹੜੇ ਕਿ ਫਾਈਂਡ ਕਰਕੇ ਆਨਸਰ ਜਿਹੜੇ ਕਿ ਫਾਈਂਡ ਕਰਕੇ ਤੁਸੀਂ ਉਹਦੇ ਆਨਸਰਸ ਲਿਖਣੇ ਨੇ ਇਹ 10 ਮਾਰਕਸ ਦਾ ਆਊਗਾ ਤੁਹਾਨੂੰ 5 ਕੁਐਸਚਨਸ ਹੋਣਗੇ ਹਰ ਕੁਐਸਚਨ ਦਾ ਜਿਹੜੇ ਕਿ ਕਿੰਨੇ ਅੰਕ ਹੋਣਗੇ 2 ਆਨਸਰ ਮਤਲਬ ਕਿ ਮਾਰਕਸ ਹੋਣਗੇ ਤੇ ਜ਼ਰੂਰੀ ਨਹੀਂ ਹੈ ਤੁਹਾਨੂੰ ਸਿੱਧਾ ਹੀ ਉਹਦੇ ਆਨਸਰ ਫਾਈਂਡ ਹੋ ਜਾਣ ਕਈ ਵਾਰ ਤੁਹਾਨੂੰ ਸਮਝ ਦੇ ਆਧਾਰ ਤੇ ਵੀ ਕੁਐਸਚਨਸ ਹੋ ਸਕਦੇ ਨੇ ਓਕੇ ਤੇ ਉਹਨੂੰ ਮਤਲਬ ਕਿ ਇਹਦਾ ਰਕਰੈਕਟ ਵੇ ਹੀ ਹੈ ਕਿ ਪੈਰੇ ਨੂੰ ਤੁਸੀਂ ਚੰਗੇ ਤਰੀਕੇ ਨਾਲ ਸਮਝਣਾ ਪੜਨਾ ਹੈ ਫਿਰ ਤੁਹਾਨੂੰ ਉਹਦੇ ਆਨਸਰਸ ਈਜ਼ੀਲੀ ਜਿਹੜੇ ਕਿ ਤੁਸੀਂ ਇਹਨਾਂ ਨੂੰ ਦੇਖ ਸਕੋਗੇ ਤੇ ਇਹ ਪੰਜ ਕੁਐਸਚਨ ਹੋਣਗੇ 2 2 ਮਾਰਕਸ ਦੇ ਹੋਣਗੇ 10 ਅੰਕ ਦਾ ਜਿਹੜੇ ਕਿ ਇਹ ਤੁਹਾਡਾ ਤੈਰੋ ਚ ਆਨਸਰ ਫਾਈਂਡ ਕਰਨੇ ਹੋਣਗੇ ਹਾਂਜੀ ਇਹ ਸੀ ਤੁਹਾਡਾ ਫਰਸਟ ਮਾਡਲ ਟੈਸਟ ਪੇਪਰ ਆਪਾਂ ਸੈਕੰਡ ਵੀ ਬਹੁਤ ਜਲਦ ਅਪਲੋਡ ਕਰਾਂਗੇ ਥੈਂਕਸ ਵੀਡੀਓ ਨੂੰ ਵੱਧ ਤੋਂ ਵੱਧ ਵਾਚ ਕਰਨ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਿੰਨੀਆਂ ਵੀ ਵੀਡੀਓਜ਼ ਤੁਹਾਡੇ ਲਈ ਅਸੀਂ ਅਪਲੋਡ ਕਰੀ ਉਸ ਦਾ ਤੁਹਾਨੂੰ ਜਦੇ ਹੀ ਨੋਟੀਫਿਕੇਸ਼ਨ ਮਿਲਦਾ ਰਹੇ ਥੈਂਕਸ ਵਾਂਸ ਅਗੇ